ਆਖਾਂਗੇ ਆਪਣੇ ਭਾਈ ਮੇਰੇ ਬੜੇ ਹੀ ਮੁਹੱਬਤ ਮੇਰੇ ਮੁਖਲਸ ਸਾਥੀ ਜਨਾਬ ਸ਼ਕੀਰ ਸਾਹਿਬ ਕੀ ਫਰਮਾਇਸ਼ ਹੈ ਕਿ ਕਲਾਮ ਆਪਣੇ ਪੜ੍ਹਨਾ ਹੈ, ਮੈਂ ਤਿੰਨ ਸੇ ਚਾਰ ਸ਼ੇਰ ਪੜ੍ਹ ਕੇ ਉਸ ਨਾਦ ਕੇ ਆਪਣੀ ਆਜ਼ੀ ਸਮੇਟਤਾ ਹੂੰ। ਇਹ ਹਫੀਜ਼ ਤਾਇਸ ਸਾਹਿਬ ਕਾ ਕਲਾਮ ਹੈ, ਜਬ ਵੀ ਪੜ੍ਹੇ ਇਹ ਕਲਾਮ ਨਯਾ ਲਗਤਾ ਹੈ। ਇਹ ਲਿਖਣੇ ਵਾਲੇ ਕੇ ਇਖਲਾਸ ਹੋਤਾ ਹੈ, ਜਿਤਨੀ ਮੁਹੱਬਤ ਸੇ ਜੋ ਇਨਸਾਨ ਮਿਹਨਤ ਕਰੇ ਜਿਸ ਪਰ ਤਾਇਬ ਸਾਹਿਬ ਕੀ ਜਾਨਸ਼ੀਨ ਆਪਕੇ ਸਾਦੀ ਤਸ਼ਰੀਫ ਫਰਮਾਏ ਸਭ ਭਾਈ ਬੈਠੇ ਹਨ। ਹਾਂਜੀ ਬਿਲਕੁਲ, ਤੋ ਜਿਸ ਜਿਤਨੀ ਇਖਲਾਸ ਇਨਸਾਨ ਕੋਈ ਵੀ ਕੰਮ ਕਰੇ ਫਿਰ ਉਸਕੋ ਜ਼ਵਾਲ ਨਹੀਂ ਆਤਾ, ਉਹ ਹਮੇਸ਼ਾ ਕਾਇਮ ਹੀ ਰਹਤਾ ਹੈ। ਤੋ ਇਸ ਮੇਂ ਕੋਈ ਸ਼ੱਕ ਨਹੀਂ ਹੈ, ਮੈਂ ਸਮਝਤਾ ਹੂੰ ਕਿ ਤਾਇਬ ਸਾਹਿਬ ਕੀ ਬਖਸ਼ਿਸ਼ ਕਰੀ ਇਹ ਕਲਾਮ ਹੀ ਬਹੁਤ ਕਾਫੀ ਹੈ। ਜਿਤਨਾ ਉਹਨਾਂ ਨੇ ਮੁਹੱਬਤ ਸੇ ਲਿਖਿਆ ਹੈ, ਮੁਝੇ ਤੋ ਇਹ ਮੇਰਾ ਪਸੰਦੀਦਾ ਕਲਾਮ ਹੈ। ਤੋ ਸ਼ਕੀਰ ਸਾਹਿਬ ਵੀ ਬੜੀ ਮੁਹੱਬਤ ਸੇ ਸੁਣਤੇ ਹੈ, ਅੱਲਾ ਹਮ ਸਭ ਕੀ ਹਾਜ਼ਰੀ ਕੋ ਕਬੂਲ ਫਰਮਾਏ। ਇੱਕ ਵਜੇ ਦਰੂਦ ਸ਼ਰੀਫ ਪੜ੍ਹ ਲਓ, ਜ਼ਰਾ ਜ਼ੋਰ ਲਗਾ ਕੇ ਪੜ੍ਹਨੇ ਦਾ। ਸੱਲੱਲਾਹੁ ਅਲੈਹਿ ਰਸੂਲੁਲਲਾਹ ਵਸੱਲਮ ਅਲੈਕਾ ਯਾ ਹਬੀਬੱਲਾਹ ਖੁਸ਼ਬੂ ਤੇਰੇ ਦਰ
شیر لکھا ہے سبحان اللہ کہہ دیں اور ذرا کہیں سبحان اللہ تو روح زمن رنگ چمن Oh
سر کوئی شاخ بریدا سبحان اللہ ماشاءاللہ ماشاءاللہ